ਛੱਡ ਕੇ ਰੋਜ਼ੀਆਂ ਮਾਰੇ ਟੁਰ ਜਾਣਾ। ਜੋਬਨ ਵਿੱਚ ਜਨਾਬ ਉਸ ਤੱਕਣੇ ਹੋ ਇਹ ਜੇ ਕੁੱਤਾ ਤੁਸਾਂ ਕੀ ਪੂਰੇ ਆਜ਼ਾਦ ਕਸ਼ਮੀਰ ਕਿਆ ਪੂਰੇ ਪਾਕਿਸਤਾਨ ਵਿੱਚ ਤੱਕਣੇ ਕੀ ਨਹੀਂ ਮਿਲਣ ਲਗਾ। ਪਰਦੇਸ ਨੂੰ ਚੱਲਿਆ ਜਰ ਸਾਹਿਬ, ਠੀਕ ਹੈ। ਇਸ ਡੇਰੀ ਦੀ ਸਟੋਰੀ ਇਹ ਹੈ ਕਿ ਇਸ ਦਾ ਕੋਈ ਨਾ ਨਕਸ਼ਾ ਬਣਦਾ ਗਿਆ, ਨਾ ਆਰਕੀਟੈਕਟ ਅੱਛੀ ਡਰਾਇੰਗ ਕੀਤੀ। ਆਪਣਾ ਗਰੁੱਪ ਹੈ ਪੀ ਕੇ ਸ਼ਹੀਨ ਗਰੁੱਪ, ਠੀਕ ਹੈ। ਤੇ ਵੈਸੇ ਇਸਾਂ ਦਾ ਇਤਿਹਾਦ ਪੈਂਥਰ ਗਰੁੱਪ ਨਾਲ ਹੈ। ਸਾਡਾ ਚੈਂਪੀਅਨ ਕੁੱਤਾ ਹੈ, ਉਸਦਾ ਨਾਂ ਸਿੰਬਾ ਹੈ ਜੀ। ਸਿੰਬਾ ਜੀ, ਬਿਲਕੁਲ। ਦਰਦ ਵਿਛੋੜਾ ਯਾਰੋ ਚੰਗਾ ਖੂਬਸੂਰਤ ਔਰ ਸਹੀ ਪਿਆਰਾ ਕੁੱਤਾ। ਅੱਛਾ ਜਨਾਬ, ਇਸ ਨਾਲ ਵੀ ਨਾਂ ਵਗੈਰਾ ਦੱਸੋ, ਕਿਆ ਨਾਂ ਆਇਆ? ਹਾਂ ਜੀ, ਸ਼ੋਲਾ। ਸ਼ੋਲਾ, ਅਸਲਾਮ ਅਲੈਕੁਮ ਜੀ। ਉਮੀਦ ਕਰਨਾ ਕਿ ਸਾਰੇ ਭੈਣ ਭਰਾ ਠੀਕ ਠਾਕ ਹੋ ਸੋ, ਖੁਸ਼ਬਾਸ਼ ਹੋ ਸੋ, ਤਾਂ ਅੱਲਾਹ ਤਾਲਾ ਨੇ ਹਿਫਜ਼ੋ ਮਾਨ ਵਿੱਚ ਹੋ ਸੋ। ਦੁਆ ਗੋਏ ਅੱਲਾਹ ਪਾਕ ਸਾਰਿਆਂ ਕੀ ਹਸਰਾ ਮੁਸਕਰਾਉਣਾ ਔਰ ਸਲਾਮਤ ਰੱਖਣ। ਅੱਜ ਮਾਸ਼ਾਅੱਲਾ ਅਸਾਂ ਇਸ ਟਾਈਮ ਬਲੋ ਮੌਜੂਦ ਹਾਂ। ਅਸਾਂ ਜਨਾਬ ਚੌਧਰੀ ਸਿਕੰਦਰ ਸਾਹਿਬ ਮੌਜੂਦ ਹਨ ਔਰ ਅਸਾਂ ਨਾਲ ਅਰਸ਼ਦ ਸਾਹਿਬ ਮੌਜੂਦ ਹਨ। ਬਾਕੀਆ ਜੀ, ਇੱਕ ਡੇਰਾ ਹੈ ਆਜ਼ਾਦ ਕਸ਼ਮੀਰ ਨਾ, ਮੈਂ ਤੁਸਾਂ ਕੀ ਇਹ ਬਾਸਾਂ ਕਿ ਅੱਜ ਜਿਹੜਾ ਡੇਰਾ ਤੁਸਾਂ ਦੱਸਣਾ ਸਾਰਿਆਂ ਤੋਂ ਖੂਬਸੂਰਤ ਔਰ ਸਾਰਿਆਂ ਤੋਂ ਉੱਚਾ ਡੇਰਾ ਦੱਸਾਂ। ਮਾੜੀ ਨਜ਼ਰ ਵਿੱਚ ਅਸਾਂ ਅਕਸਰ ਵੀਡੀਓ ਵਗੈਰਾ ਬਣਾਉਣੇ ਗਏ ਹਾਂ, ਇਸ ਤੋਂ ਖੂਬਸੂਰਤ ਡੇਰਾ ਮੈਂ ਕੁਦਰੇ ਵੀ ਨਹੀਂ ਤੱਕਿਆ। ਪੂਰੇ ਆਜ਼ਾਦ ਕਸ਼ਮੀਰ ਵਿੱਚ ਅਸਾਂ ਅਕਸਰ ਬਹੁਤ ਸਾਰੀਆਂ ਵੀਡੀਓ ਬਣਾਈਆਂ। ਅੱਜ ਵਾਲਾ ਡੇਰਾ ਤੁਸੀਂ ਉਹ ਤੱਕ ਸੋ ਤਾਂ ਤੁਸਾਂ ਕੀ ਪਤਾ ਲੱਗ ਸੀ ਕਿ ਵਾਕਿਆ ਕੁਸਾ ਡੇਰਾ ਬਣਾਇਆ ਆ। ਬਾਕੀ ਜਨਾਬ ਚੌਧਰੀ ਸਿਕੰਦਰ ਸਾਹਿਬ ਅਸਾਂ ਨਾਲ ਚੱਲੇ ਹਾਂ, ਇਹਨਾਂ ਨਾਲ ਵੀ ਸਲਾਮ ਦੁਆ ਕਰਨੇ ਆ, ਡੇਰੇ ਨੇ ਹਵਾਲੇ ਨਾਲ ਵੀ ਜਾਣਸਾ ਇਨਸ਼ਾਅੱਲਾ ਔਰ ਇਹਨਾਂ ਦੀ ਜ਼ਿੰਦਗੀ ਨੇ ਹਵਾਲੇ ਨਾਲ ਵੀ। ਹੋਰ ਜੀ ਚੌਧਰੀ ਸਿਕੰਦਰ ਸਾਹਿਬ ਠੀਕ ਹੋ? ਠੀਕ ਹੈ, ਅਲਹਮਦੁਲਿਲਾ, ਦੁਆ ਕਰਿਆ ਕਰੋ। ਅੱਛਾ ਚੌਧਰੀ ਜੀ, ਸਾਰਿਆਂ ਤੋਂ ਪਹਿਲੇ ਮੈਨੂੰ ਇਸ ਡੇਰੇ ਨਾਲ ਦੱਸੀ ਜਿਹੜਾ ਹੋਏ ਕਿਸ ਤਰ੍ਹਾਂ ਡੇਰਾ ਆ ਕੋਈ? ਇਹ ਜੀ ਡੇਰਾ ਅਸਾਂ ਨੇ ਬੜੇ ਪਾਈ ਹਨ ਸ਼ਿਵ ਸ਼ਰ ਸਾਹਿਬ, ਠੀਕ ਹੈ। ਇਸ ਡੇਰੇ ਦੀ ਸਟੋਰੀ ਇਹ ਹੈ ਕਿ ਇਸ ਦਾ ਕੋਈ ਨਾ ਨਕਸ਼ਾ ਬਣਦਾ ਗਿਆ, ਨਾ ਆਰਕੀਟੈਕਟ ਅੱਛੀ ਡਰਾਇੰਗ ਕੀਤੀ। ਇਹ ਸਾਰਾ ਕੁਝ ਆਪੋ ਪਹਿਲੇ ਨਿੱਕਾ ਜਿਹਾ ਪ੍ਰੋਗਰਾਮ ਸਾ ਉਧਰ ਬਣਾਉਣੇ ਨਾ, ਫਿਰ ਇਹ ਬਣ ਗਿਆ, ਫਿਰ ਸਮਝੋ ਕੰਮ ਬੱਲੇ 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 ਉਹਨੇ ਟਫ ਟਾਇਲ ਆਈ ਵੀ ਜਾਣਾ, ਖਤਮ ਨਹੀਂ ਹੋਇਆ ਸਿਸਟਮ। ਬੂਟੇ ਜਿਹੜੇ ਲੱਗੀ ਗਏ ਜੀ, ਬੜਾ ਖੂਬਸੂਰਤ ਹੈ, ਕਾਫੀ ਜਗ੍ਹਾ ਹੀ ਹੈ ਇਸਨੀ, ਕਾਫੀ ਬੜਾ ਆ, ਜ਼ਿਆਦਾ ਮਿਹਨਤ ਲੱਗਣੀ। ਅੱਛਾ ਇਹ ਦੱਸੋ, ਉਹਨਾਂ ਕਿਸ ਤਰ੍ਹਾਂ ਕੋਈ ਸੋਚਿਆ ਕਿ ਇਸ ਤਰ੍ਹਾਂ ਦਾ ਡੇਰਾ ਹੋਣਾ ਜਿਹੜਾ ਜੇ ਨਕਸ਼ਾ ਵੀ ਨਹੀਂ ਬਣਦਾ? ਮੈਂ ਮਾਸ਼ਾਅੱਲਾ ਤੱਕਿਆ ਕਿ ਇਤਨਾ ਖੂਬਸੂਰਤ ਡੇਰਾ ਆ ਜਾਂ ਡੇਰਾ ਪੂਰੇ ਆਜ਼ਾਦ ਕਸ਼ਮੀਰ ਵਿੱਚ ਨਹੀਂ ਜੀ? ਇਹ ਸਵਾਲ ਮੈਂ ਕਿਤੇ ਦੋ ਦਫਾ ਉਹਨਾਂ ਇਹ ਜਵਾਬ ਦਿੱਤੇ ਜੀ, ਬਸ ਸ਼ੁਕਲਾ ਮਹਿਲੇ ਚ ਸ਼ੁਰੂ ਕੀਤਾ ਸਭ ਬੱਲੇ ਬੱਲੇ, ਇਸ ਤਰ੍ਹਾਂ ਸਿਸਟਮ ਹੋਈ ਗਿਆ, ਇਸ ਨੇ ਕੋਈ ਸਮਝ ਉਹਨਾਂ ਦੀ ਵੀ ਨਹੀਂ ਕਿ ਕਿਧਰਾਂ ਖਰਚਾ ਹੋਇਆ ਤੇ ਕਿਆ ਹੋਣਾ ਪਿਆ। ਜ਼ਾਹਿਰ ਹੈ ਚੀਜ਼ ਤੱਕ ਤਰਾ ਬਣਦੇ ਹੋਏ, ਇੱਕ ਇੱਕ ਮੇਨ ਇੱਕ ਉਧਰ ਪਰ ਹੈ, ਪਿੱਛੇ ਜਿਹੜੀ ਜਗ੍ਹਾ ਉਹ ਕੁੱਤਿਆਂ ਛੁੱਤਿਆਂ ਨੇ ਜਿਹੜਾ ਸਿਸਟਮ ਹੈ ਉਧਰ ਉੱਪਰ ਵੀ ਸਿਸਟਮ ਸ਼ੁਰੂ ਹੋਇਆ ਵਾ, ਉਧਰ ਵੀ ਸਾਰਾ ਮਸਲਮ ਜੇ ਕਨਫਿਊਜ਼ਿੰਗ ਹੋਣਾ ਪਿਆ ਜਾਂਦਾ ਸਿਸਟਮ। ਸਹੀ ਤਾਂ ਜਿਸ ਤਰ੍ਹਾਂ ਤੁਸੀਂ ਚੌਧਰੀ ਬਿਸ਼ਾਰਤ ਸਾਹਿਬ ਨੇ ਗੱਲ ਕੀਤੀ ਆ, ਮਾਸ਼ਾਅੱਲਾ ਮੈਂ ਸੁਣਿਆ ਤੁਸਾਂ ਔਰ ਉਹਨਾਂ ਨੇ ਬੜੀ ਪੁਰਾਣੀ ਦੋਸਤੀ ਆ, ਮਸਲਮ ਫੈਮਿਲੀ ਨਾਲ ਤੁਸਾਂ ਦਾ ਤਾਲਕ ਹੈ, ਤਾਂ ਤੁਸਾਂ ਉਹਨਾਂ ਨੇ ਬਾਰੇ ਕਿਆ ਆਣਾ ਚਾਹੁੰਦੇ ਔਰ ਤੁਸਾਂ ਇਹ ਵੀ ਦੱਸੋ ਜਿਹੜੀ ਤੁਸਾਂ ਦੀ ਦੋਸਤੀ ਆ ਉਹ ਕਿਸ ਰਹਿਣੀ ਆ ਕੋਈ? ਅਸਲ ਜੀ ਇੱਕ ਫੈਮਿਲੀ ਤਾਲਕ ਹੈ ਸਾਰਾ ਕੁਝ, ਇੱਕ ਗ੍ਰਾਂ ਇਲਾਕੇ ਨੇ ਜੀ, ਸਕੂਲ ਇਕੱਠੇ ਗਏ ਆ ਬੜੇ ਭਾਈਆਂ ਨਾਲ, ਭਾਈ ਬਿਸ਼ਾਰਤ ਹੋਰ ਸਨ, ਉਹਨਾਂ ਨੇ ਛੋਟੇ ਭਾਈ ਹਨ ਭਾਈ ਆਰਫ ਹੋਰ, ਉਹਨਾਂ ਨੇ ਕਲਾਸੇ ਮੈਂ ਸਾਂ, ਠੀਕ ਆ, ਅਸਲ ਵੀਜ਼ੇ ਸ਼ੀਜ਼ੇ ਉਧਰ ਗਏ ਆ, ਉੱਥੇ ਮਿਲਣੇ ਛਿਲਣੇ ਰਹੇ ਆ, ਇਹ ਉਹ ਕੁੱਤਿਆਂ ਦੇ ਵਾਲੇ ਨਾਲ ਪਾਪੇ ਨਾਲ ਜਿਹੜਾ ਨੀ ਸਹੀ ਦੋਸਤੀ ਉਸਦੀ ਪੀ ਜਿਹੜਾ ਨੀ। ਜਨਾਬ ਅਰਸ਼ਦ ਸਾਹਿਬ ਵੀ ਸਾਨੂੰ ਨਾਲ ਨਹੀਂ, ਨਾਲੀ ਤਰਫ ਵੀ ਚੱਲੇ ਹੋਰ ਜੀ ਜਨਾਬ ਠੀਕ ਹੋ? ਅਲਹਮਦੁਲਿਲਾ ਠੀਕ ਹੈ। ਅੱਛਾ ਜਿਸ ਤਰ੍ਹਾਂ ਤੁਸੀਂ ਕੁੱਤਿਆਂ ਦੀ ਗੱਲ ਕੀਤੀ ਹੈ, ਮੈਂ ਸੁਣਿਆ ਵੀ ਹੈ ਕਿ ਜਿਹੜਾ ਬਿਸ਼ਾਰਤ ਸਾਹਿਬ ਨਾਲ ਇਹ ਬੜਾ ਪੁਰਾਣਾ ਸ਼ੌਂਕ ਹੈ ਔਰ ਬੜਾ ਨਵਾਬ ਸ਼ੌਂਕ ਇਹਨਾਂ ਰੱਖਿਆ ਆ, ਸਾਰਿਆਂ ਤੋਂ ਪਹਿਲੇ ਦੱਸੀ ਜਿਹੜੋ ਹਾਂ ਕਿ ਤੁਸਾਂ ਦਾ ਕਿਹੜਾ ਕੋਈ ਗਰੁੱਪ ਹੈ ਜਿਹੜਾ ਕੁੱਤਿਆਂ ਦੇ ਹਵਾਲੇ ਨਾਲ? ਅਸਾਂ ਦਾ ਜੀ ਆਪਣਾ ਗਰੁੱਪ ਹੈ ਪੀ ਕੇ ਸ਼ਹੀਨ ਗਰੁੱਪ, ਠੀਕ ਹੈ। ਤੇ ਵੈਸੇ ਅਸਾਂ ਦਾ ਇਤਿਹਾਦ ਪੈਂਥਰ ਗਰੁੱਪ ਨਾਲ ਹੈ, ਸਹੀ। ਚੌਧਰੀ ਅੱਲਾ ਦਿੱਤਾ ਨੰਬਰਦਾਰ ਸਾਹਿਬ ਨਾਲ, ਚੌਧਰੀ ਰਿਆਜ਼ ਸਾਹਿਬ, ਚੌਧਰੀ ਪਰਵੇਜ਼ ਸਾਹਿਬ ਡਡਿਆਲ ਦੇ ਨੇ ਉਹਨਾਂ ਨਾਲ, ਸਹੀ। ਤਾਂ ਇੱਥੇ ਤੁਸਾਂ ਕੁੱਤਾ ਕਿਹੜਾ ਕੋਈ ਜਿਹੜਾ ਸਾਰਿਆਂ ਤੋਂ ਚੰਗਾ ਰੱਖਿਆ ਆ? ਅਸਾਂ ਕੋਲ ਸਾਰੇ ਕੁੱਤੇ ਹੀ ਅੱਛੇ ਨੇ ਜੀ ਆਪਣੀ ਆਪਣੀ ਜਗ੍ਹਾ, ਲੇਕਿਨ ਅਸਾਂ ਕੋਲ ਜਿਹੜਾ ਇਸ ਟਾਈਮ ਸਾਡਾ ਚੈਂਪੀਅਨ ਕੁੱਤਾ ਹੈ ਉਸਦਾ ਨਾਂ ਸਿੰਬਾ ਹੈ ਜੀ। ਸਿੰਬਾ ਜੀ,
ਬਿਲਕੁਲ ਜੀ ਸਿੰਬਾ ਨਾਲ ਕਾਫੀ ਰੋਲਾ ਵੀ ਸੁਣਿਆ ਔਰ ਕਾਫੀ ਜਿਹੜਾ ਨਾ ਲੋਕਾਂ ਸਰਾਹਿਆ ਵੀ ਆ ਕਿ ਬਹੁਤ ਹੀ ਅੱਛਾ ਕੁੱਤਾ ਆ। ਔਰ ਤੁਸਾਂ ਜੀ ਅਸਾਂ ਕੀ ਦੱਸੀ ਜੋੜੋ ਥੋੜਾ ਚੌਧਰੀ ਜੀ ਕਿ ਤੁਸਾਂ ਇੰਗਲੈਂਡ ਕਿਹੜੀ ਜਗ੍ਹਾ ਹੋਣੇ ਹੋ? ਅਸਾਂ ਜੀ ਹੁਣੇ ਆ ਬਰਮਿੰਗਮ ਟਿਪਟਨ, ਸਹੀ? ਠੀਕ ਆ। ਚੂਹੇ ਸਾਹਿਬ ਹੁਣੇ ਲੰਡਨ ਇਲਫਰਡ, ਠੀਕ ਆ। ਇਹ ਆਸਟਨ ਵੀ ਰਹਿਣ ਬਰਮਿੰਗਮ ਕੋਲ, ਤਾਂ ਚੂਹੇ ਸਾਹਿਬ ਤੋਂ ਸ਼ੁਰੂ ਤੋਂ ਥਾਈ ਰਹਿਣ। ਜਿਸ ਤਰ੍ਹਾਂ ਇਹਨਾਂ ਬਾਈ ਆ ਚੱਲ ਸਾਂ ਇਹਨਾਂ ਨੇ ਜਿਹੜਾ ਕੁੱਤਿਆਂ ਨੂੰ ਸ਼ੌਂਕ ਆ ਤੁਸੀਂ ਉਹ ਤਾਂ ਲਾਜ਼ਮੀ ਦੱਸਾਂ। ਚੌਧਰੀ ਪਿਸ਼ਾਰੇ ਸਾਹਿਬ ਨਾਲ ਜਿਸ ਤਰ੍ਹਾਂ ਇਹਨਾਂ ਬਾਈ ਆ ਕਿ ਬੜਾ ਸ਼ੌਂਕ ਆ ਲਾ, ਨਵਾਬ ਇਹਨਾਂ ਰੱਖਿਆ ਆ ਉਹ ਦੱਸਾਂ ਤੁਸਾਂ ਕੀ ਦੱਸਾਂ। ਬਾਕੀ ਸਾਰਿਆਂ ਤੋਂ ਪਹਿਲਾਂ ਇਹਨਾਂ ਨੂੰ ਖੂਬਸੂਰਤ ਜਿਹੜਾ ਡੇਰਾ ਚ ਤੁਸੀਂ ਕੀ ਡਰੋਨ ਸ਼ਾਟ ਦੱਸਣੇ ਆ ਜੀ। ਛੱਡ ਕੇ ਆਪਣੇ ਦੇਸ ਦਿਸ਼ਾਈ ਛੱਡ ਕੇ ਆਪੇ ਪੈਣਾ ਪਾਈ ਛੱਡ ਕੇ ਆਪਣੇ ਦੇਸ ਦਿਸ਼ਾਈ ਛੱਡ ਕੇ ਰੋਜ਼ੀਆਂ ਮਾਰੇ ਟੁਰ ਜਾਣਾ ਏ ਰੋਜ਼ੀਆਂ ਮਾਰੇ ਟੁਰ ਜਾਣਾ ਏ ਸੱਤ ਸਮੁੰਦਰੂ ਪਾਰ ਕੱਲ ਪਰਦੇਸੀਆਂ ਦਾ ਉੱਡ ਜਾਣਾ ਜਹਾਜ਼ ਵੇ ਯਾਰ ਵੇ ਅਸਾਂ ਪਰਦੇਸੀਆਂ ਦਾ ਉੱਡ ਜਾਣਾ ਜਹਾਜ਼ ਵੇ ਯਾਰ ਆਪਣੇ ਦੇਸ ਨੂੰ ਚੱਲਿਆ ਮੈਂ ਜਦੋਂ ਪਰਦੇਸ ਨੂੰ ਚੱਲਿਆ ਛੱਡ ਕੇ ਆਪਣੇ ਦੇਸ ਨੂੰ ਚੱਲਿਆ ਮੈਂ ਜਦੋਂ ਪਰਦੇਸ ਨੂੰ ਚੱਲਿਆ ਜਨਤਾਂ ਵਰਗੀ ਛਾਂ ਮੇਰੀ ਨੇ ਕਰਦਿਆਂ ਵਿਦਿਆ ਮਾਂ ਮੇਰੀ ਨੇ ਯਾਰੋ ਜਦ ਮੇਰਾ ਮੱਥਾ ਚੁੰਮਿਆ ਦਿਲ ਪਮੀਰੀ ਵਾਂਗੇ ਚੁੰਮਿਆ ਮਾਂ ਦਾ ਦਰਦ ਵਿਛੋੜਾ ਯਾਰੋ ਮਾਂ ਦਾ ਦਰਦ ਵਿਛੋੜਾ ਯਾਰੋ ਛੱਡਦਾ ਜੂੰਦਿਆਂ ਮਾਰ ਛੱਡਦਾ ਜੂੰਦਿਆਂ ਮਾਰ ਕੱਲ ਪਰਦੇਸੀਆਂ ਦਾ ਉੱਡ ਜਾਣਾ ਜਹਾਜ਼ ਵੇ ਯਾਰ ਵੇ ਅਸਾਂ ਪਰਦੇਸੀਆਂ ਦਾ ਉੱਡ ਜਾਣਾ ਜਹਾਜ਼ ਵੇ ਯਾਰ ਸਾਰਿਆਂ ਤੋਂ ਪਹਿਲੇ ਅਸਾਂ ਤੁਸਾਂ ਕੀ ਡਰੋਨ ਸ਼ਾਟ ਦੱਸੇ ਡਰੋਨ ਸ਼ਾਟ ਦੱਸੀ ਤਾਂ ਅਸਾਂ ਡੇਰੇ ਪਰ ਮੌਜੂਦ ਆ। ਮੈਂ ਸੋਚਿਆ ਕਿ ਚਲੋ ਤੁਸਾਂ ਕੀ ਇਸ ਡੇਰੇ ਨਾਲ ਖੂਬਸੂਰਤ ਜਿਹੜਾ ਨਾ ਗਾਰਡਨ ਵਗੈਰਾ ਵੀ ਦੱਸਣੇ। ਇਸ ਨੂੰ ਤੁਸਾਂ ਤੱਕ ਇਸ ਸਾਈਡ ਵੀ ਗਾਰਡਨ, ਉਧਰ ਅੱਗੇ ਵੀ ਗਾਰਡਨ ਔਰ ਬੜਾ ਹੀ ਖੂਬਸੂਰਤ ਔਰ ਪਿਆਰਾ ਲੱਗਣਾ ਆ। ਇੱਧਰ ਵਿਚਕਾਰ ਵੀ ਜਨਾਬ ਖੂਬਸੂਰਤ ਬੰਗਲਾ ਸੈਰ ਨਾਲ ਵੀ ਚੁੱਕੋ ਇਹਨਾਂ ਮਾਸ਼ਾਅੱਲਾ ਖੂਬਸੂਰਤ ਜਗ੍ਹਾ ਬਣਾਈ ਵੀ ਹੋ ਰਹੀ ਸਾਈਡ ਵੀ ਜਿਹੜੀ ਹੈ ਇੱਧਰ ਵੀ। ਬਾਕੀ ਮੈਂ ਜਿੱਥੇ ਵੀ ਜਾਣਾ ਮੈਂ ਤੱਕਣਾ ਕਿ ਜਿਹੜਾ ਬੰਗਲੇ ਨੀ ਖੂਬਸੂਰਤੀ ਹੋਣੀ ਆ ਉਹ ਜ਼ਿਆਦਾ ਹੋਣੀ ਆ ਗਾਰਡਨ ਨਾਲ। ਤੁਸੀਂ ਗਾਰਡਨ ਤੱਕਣੇ ਹੋ ਮਾਸ਼ਾਅੱਲਾ ਕਿਤਨਾ ਖੂਬਸੂਰਤ ਔਰ ਪਿਆਰਾ ਇਹਨਾਂ ਗਾਰਡਨ ਬਣਾਇਆ ਆ। ਬਾਕੀ ਤਾਂ ਮਜ਼ੇ ਨਹੀਂ ਗੱਲ ਤੁਸੀਂ ਕੀ ਦੱਸਾਂ ਅੰਦਰ ਚੱਲੇ ਆ ਇੱਥੇ ਖੇਡਣੀਆਂ ਸਹੂਲੀਅਤ ਵੀ ਜਿਹੜੀਆਂ ਨਾ ਉਹ ਵੀ ਆਣ ਆ। ਤੁਸੀਂ ਤੱਕੀ ਕਿ ਨੌਜਵਾਨ ਮਾਸ਼ਾਅੱਲਾ ਲੱਗੇ ਵੇ ਸਨੋਕਰ ਖੇਡਣੇ ਲੱਗੇ ਵੇ ਆ ਤੱਕਣੇ ਹੁਣ।
ਆਈਆਂ ਜਿਸ ਤਰ੍ਹਾਂ ਅਸਾਂ ਦੱਸਿਆ ਕਿ ਸੀ ਕਿ ਇਹਨਾਂ ਦਾ ਜਿਹੜਾ ਸ਼ੌਂਕ ਹੈ ਨਾ, ਸ਼ੌਂਕ ਹੈ ਕੁੱਤਿਆਂ ਦਾ। ਸਾਰਿਆਂ ਤੋਂ ਪਹਿਲੇ ਜਨਾਬ ਹੈ ਕੁੱਤਾ, ਤੁਸੀਂ ਦੇਖੋ ਕਿਤਨਾ ਪੱਲਿਆ ਕੁੱਤਾ ਟੁਕਣੇ ਹੋ ਤੁਸੀਂ। ਅਸਾਂ ਆਪਣੀ ਜ਼ਬਾਨ ਵਿੱਚ ਆਣੇ ਆ ਮੱਝ ਬੱਤੇ ਆ, ਤਾਂ ਬਾਕੀ ਜਨਾਬ ਕੁੱਤਣੇ ਵਾਲੇ ਨਾਲ ਵੀ ਦੱਸੋ। ਸਾਰਿਆਂ ਤੋਂ ਪਹਿਲੇ ਇਸਦਾ ਨਾਂ ਦੱਸੋ, ਕਿਆ ਨਾਂ ਆ ਇਸ ਤਰ੍ਹਾਂ? ਇਸਦਾ ਨਾਂ ਜੀ ਜੰਗੀ। ਜੰਗੀ, ਕਿਆ ਵਜ੍ਹਾ ਇਸ ਨਾਂ ਜੰਗੀ ਕਿਵੇਂ ਰੱਖਿਆ ਨੇ? ਬਸ ਚੂਹ ਸਾਹਿਬ ਨੂੰ ਪਸੰਦ ਸੀ ਜੀ, ਇਸਦਾ ਨਾਂ ਜੰਗੀ। ਹਾਲੇ ਇਹ ਕੁੱਤਾ ਭਿੜਿਆ ਵਗੈਰਾ ਆਇਆ ਕੋਣੀ? ਹਾਲੇ ਸਾਲ ਦਾ, ਸਾਲ ਨਾਲ ਬੱਠਾ ਆ। ਕੋਈ ਤੱਪੜੀਆਂ ਵਗੈਰਾ ਕੋਣੀ? ਹਾਲੇ ਟੱਚ ਨਹੀਂ ਹੋਇਆ। ਠੀਕ ਹੋ ਗਿਆ ਜੀ, ਇਹ ਤੁਸੀਂ ਜੰਗੀ ਤੱਕੋ, ਵਾਕਈ ਜਿਹੜਾ ਨਾ ਇਹ ਲੱਗਣਾ ਵੀ ਜੰਗੀ ਹੈ। ਤੁਸੀਂ ਤੱਕਣੇ ਹੁਣ ਕਿਤਨਾ ਪਿੰਡੇ ਆ ਕੁੱਤਾ ਆ। ਬਾਕੀ ਅੱਗੇ ਚੱਲੇ, ਅਗਲਾ ਕਿਹੜਾ ਕੋਈ ਕੁੱਤਾ ਆ ਉਹ ਵੀ ਅਸਾਂ ਕੀ ਦੱਸੋ। ਇਹ ਤੁਸੀਂ ਚੈੱਕ ਕਰੋ, ਇਸ ਕੁੱਤੇ ਦਾ ਕਿਆ ਨਾਂ ਆ? ਬਬਲੀ। ਬਬਲੀ, ਠੀਕ ਠੀਕ। ਇਸ ਤਰ੍ਹਾਂ ਕਿਆ ਵਜ੍ਹਾ ਬਬਲੀ ਨਾਂ ਕਿਵੇਂ ਰੱਖਿਆ ਨੇ? ਇਹ ਜੀ ਅਸਾਂ ਦੇ ਦੋਸਤ ਨਾਂ ਪਸੰਦ ਸੀ ਬਬਲੀ ਰੱਖਣਾ ਜੀ। ਤੇ ਕਿਆ ਵਜ੍ਹਾ? ਇਹ ਲਾਡਾ ਲਈ ਮਾਰ ਨੀ ਦੇਣਾ? ਲਾਡਾ ਲਈ ਮਾਰ, ਬਸ ਚੁਲੀ ਪੁਲੀ ਮਾਰ ਦੇਣਾ। ਸਹੀ ਸਹੀ, ਮੈਂ ਸ਼ੱਕ ਵੀ ਪਿਆ ਸੀ ਕਿ ਇਸ ਨਾਲ ਬਬਲੀ ਨਾ ਤਾਂ ਕਿ ਲਾਡਾ ਲਈ ਮਾਰ ਦੇਣਾ। ਸੋ ਕੁੱਤਾ ਚੈੱਕ ਕਰਨੇ ਹੁਣ, ਬਾਕੀ ਇਹ ਕੋਈ ਕਿਤਨੇ ਪੀੜ ਘੁਲੇ ਆ? ਇੱਕ ਪੀੜ ਵਿਨ ਹੋਇਆ ਯਾ ਵਿਨ ਹੋਇਆ? ਇਹ ਵੀ ਤੁਸੀਂ ਤੱਕੋ, ਇਸ ਨਾਲ ਨਾ ਆ ਬਬਲੀ ਤੇ ਕੁੱਤਾ ਤੁਸੀਂ ਤੱਕਣੇ ਹੋ। ਤ੍ਰੀਏ ਨੰਬਰ ਪਰ ਤੁਸੀਂ ਤੱਕਣੇ ਹੋ ਇਹ ਨਾ ਕੁੱਤਾ। ਸਾਰੇ ਬੜੇ ਪੱਲੇ ਵੀ ਸਹੀ ਮੱਚ ਬੰਦੇ ਵੇਣ, ਕਿਤਨੀ ਕੋਈ ਨਾ ਪਰ ਮਿਹਨਤ ਕਰਨੇ ਹੋ ਤੁਸਾਂ? ਮਿਹਨਤ ਚਾਰ ਬੰਦੇ ਆ, ਸਾਡਾ ਕੰਮ ਹੀ ਆ ਇਹਨਾਂ ਦੀ ਦੇਖਭਾਲ ਕਰਨਾ, ਤੇ ਕਿਤਨਾ ਮੁਸ਼ਕਿਲ ਕੰਮ ਹੈ ਇਹ। ਕਿਤਨਾ ਪੱਲਿਆ ਖੂਬਸੂਰਤ ਹੈ ਜਿਸ ਤਰ੍ਹਾਂ ਹੋਣਾ ਮੁਸ਼ਕਿਲ ਹੈ, ਲੇਕਿਨ ਸ਼ੌਂਕ ਕੀ ਟਾਈਮ ਦਿਓ ਜ਼ਬਰਦਸਤ। ਇਹ ਵੀ ਕੁੱਤਾ ਚੰਗਾ ਖੂਬਸੂਰਤ ਔਰ ਸਹੀ ਪਿਆਰਾ ਕੁੱਤਾ ਹੈ। ਅੱਛਾ ਜਨਾਬ, ਇਸ ਨਾਂ ਵੀ ਨਾਂ ਵਗੈਰਾ ਦੱਸੋ, ਕਿਆ ਨਾਂ ਆ? ਹਾਂ ਜੀ ਸ਼ੋਲਾ। ਸ਼ੋਲਾ, ਕਿਆ ਵਜ੍ਹਾ ਇਸ ਨਾਂ ਸ਼ੋਲਾ ਕਿਵੇਂ ਰੱਖਿਆ ਨੇ? ਇਹਦਾ ਦਰਅਸਲ ਨਾਂ ਜੀ ਸ਼ੋਲਾ ਪਿਛਲੇ ਰੱਖਿਆ ਕੋਈ ਦਿਲ ਜਲੇ। ਠੀਕ ਹੈ ਠੀਕ ਹੈ, ਮੁੜੀ ਅਸਾਂ ਇਸਨੂੰ ਨਾਂ ਚੇਂਜ ਕੀਤਾ ਜੀ ਸ਼ੋਲਾ। ਸ਼ੋਲਾ ਸ਼ੋਲਾ ਇਸ ਨਾਲ ਰੱਖਿਆ ਗਿਆ ਤੱਕ ਕਿ ਨੋ। ਹਾਂ, ਇਸਦੀਆਂ ਕੁਆਲਿਟੀਆਂ ਵੀ ਵਾਕਿਆ ਸ਼ੋਲੇ ਦੀਆਂ ਆ। ਮੁੰਡੀ ਤੋਂ ਕੁੱਤਾ ਜੀ, ਇਹ ਆ ਗੱਲ ਹੈ। ਅੱਛਾ ਇਸ ਨਾਲ ਇਹ ਵੀ ਦੱਸ ਜਿਹੜੋ ਨੇ ਕੋਈ ਕਿਤਨੇ ਕਪੀੜੇ ਲੜੇ ਆਇਆ? ਨਵਾਂ ਕੁੱਤਾ ਜੀ, ਚਾਰ ਤਪੜੀਆਂ ਨੇ ਸਕੂਲ, ਚਾਰ ਤਪੜੀਆਂ ਖਾ ਲਈ। ਤਾਂ ਅੱਗੇ ਇਸ ਨਾਲ ਕੋਈ ਕਦੋਂ ਜੀ ਕੋਈ ਮੁਕਾਬਲਾ ਸੀ? 12ਵੇਂ ਮਹੀਨੇ ਪਹਿਲੇ ਮਹੀਨੇ ਦੇ ਵਿੱਚ ਭਿੜਿਆ ਸੀ। ਪਹਿਲੇ ਮਹੀਨੇ ਹੀ? ਠੀਕ ਹੋ ਗਿਆ ਜੀ। ਅਜੇ ਤੁਸੀਂ ਤੱਕੋ ਇਸ ਕੀ ਉਹਨਾਂ ਨੇ ਸ਼ੋਲਾ ਵਾ ਕੇ ਜਿਹੜੀਆਂ ਇਸ ਦੀਆਂ ਹਰਕਤਾਂ ਨਾ ਉਹ ਵੀ ਸ਼ੋਲੇ ਆ ਰਹੀਆਂ ਨੇ, ਤੁਸੀਂ ਚੈੱਕ ਕਰਨੇ ਹੁਣ। ਅੱਛਾ ਜਨਾਬ, ਇਸ ਕੁੱਤੇ ਦਾ ਥੋੜਾ ਤਾਰਫ ਕਰੋ, ਕਿਆ ਨਾਂ ਆ ਇਸ ਦਾ? ਨਾਂ ਸਿਲਵਰ ਜੀ। ਸਿਲਵਰ, ਸਿਲਵਰ ਕੁੱਤਾ ਆ ਇਹ, ਤਾਂ ਦੋ ਮੈਚ ਵੀ ਨਾ। ਅੱਛਾ ਜਿਹੜੇ ਦੋ ਮੈਚ ਹੋਏ ਨੇ ਉਹ ਕਿਹੜੀਆਂ ਕਿਹੜੀਆਂ ਨਾਲ ਕੋਈ ਹੋਏ ਨੇ ਉਹ ਵੀ ਦੱਸੀ ਜੋੜੋ। ਗੱਲਾਂ ਦਿੱਤਾ ਲੱਕੀ ਸਾਹਿਬ ਨੇ ਕੁੱਤੇ ਨਾਲ, ਦੂਆ ਰਾਣਾ ਨਸੀਰ ਨੇ ਕੁੱਤੇ ਨਾਲ ਜੀ। ਠੀਕ ਹੋ ਗਿਆ, ਲੜਸੀ ਹੁਣ ਅੱਗੇ, ਇਹ ਵੀ ਇੱਕ ਫੇਵਰੇਟ ਕੁੱਤਾ ਸਨ ਜੀ। ਅੱਛਾ ਇਹ ਕਿਤਨੇ ਟਾਈਮ ਬਾਅਦ ਨੂੰ ਲੜਸੀ? ਇਹ ਬਸ ਦੂਸਰੇ ਚ ਪਹਿਲੇ ਚ, ਦੂਸਰੇ ਪਹਿਲੇ ਚ। ਅੱਛਾ ਇਹ ਜਿਹੜੇ ਫਿਕਸ ਨਹੀਂ ਹੋਈਆਂ? ਠੀਕ, ਜ਼ਿਆਦਾ ਤੀਸਰੇ ਤੋਂ ਪਹਿਲੇ 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 ਲੜਸੀ। ਠੀਕ ਹੋ ਗਿਆ, ਤੇ ਤਕਰੀਬਨ ਕਹਿਣੇ ਇਸ ਕੁੱਤੇ ਦੀ ਉਮਰ ਕਿਤਨੀ ਆ ਕੋ ਸੀ? ਤਕਰੀਬਨ 3.5 ਸਾਲ। ਹਾਂ 3.5 ਸਾਲ ਨਾਲ, 3.5 ਸਾਲਾਂ ਨਾਲ ਆ ਇਹ ਕੁੱਤਾ। ਤੁਸੀਂ ਚੈੱਕ ਕਰੋ, ਆਣੇ ਨੇ 3.5 ਸਾਲਾਂ ਨਾਲ, ਤਕਰੀਬਨ ਦੋ ਜੋੜ ਜਿਹੜੇ ਨੇ ਇਹ ਵੀ ਨਾ। ਇਹ ਕੁੱਤਾ ਵੀ ਤੁਸੀਂ ਤੱਕੋ ਚੰਗਾ ਤਗੜਾ ਔਰ ਖੂਬਸੂਰਤ ਸਹੀ ਕੁੱਤਾ ਆ ਇਹ। ਹੁਣ ਜੀ ਜਿਹੜਾ ਕੁੱਤਾ ਸਾਡੇ ਸਾਹਮਣੇ ਤੁਸੀਂ ਤੱਕਣੇ ਹੋ ਸਟੇਰੇ ਨਾਲ, ਜਿਸ ਕੀ ਆਣੇ ਹੁਣ ਇਹਨਾਂ ਕਿੰਗ ਕਿੰਗ ਕੁੱਤਾ ਆ ਇਹ ਕੁੱਤਾ। ਤੁਸੀਂ ਤੱਕੋ
ਸਹੀ ਜ਼ਬਰਦਸਤ ਹੋ ਜਿਸਕੇ ਆਣੇ ਹੋਣੇ ਹਨ ਜੋਬਨ ਵਿੱਚ ਹੈ ਜਨਾਬ ਹੈ ਉਸਨੂੰ ਤੱਕਣੇ ਹੋ ਇਹ ਜਿਹਾ ਕੁੱਤਾ ਤੁਸਾਂ ਕੀ ਪੂਰੇ ਆਜ਼ਾਦ ਕਸ਼ਮੀਰ ਕਿਆ ਪੂਰੇ ਪਾਕਿਸਤਾਨ ਵਿੱਚ ਤੱਕਣੇ ਕੀ ਨਹੀਂ ਮਿਲਣ ਲਗਾ ਸਾਰਿਆਂ ਤੋਂ ਪਹਿਲਾਂ ਸਾਰੇ ਇਸ ਕੁੱਤੇ ਦਾ ਨਾਂ ਦੱਸੀ ਓੜੋ ਹਾਂ ਇਸਨਾਂ ਕਿਆ ਨਾਂ ਆ ਲਾ ਸਿੰਬਾ ਅੱਛਾ ਜੀ ਇਸਨਾਂ ਨਾਂ ਸਿੰਬਾ ਕੀ ਰੱਖਿਆ ਨੇ ਜੀ ਇਹਦਾ ਨਾਂ ਹੀ ਲਾਇਆ ਸਰ ਕੁੱਤਾ ਜੀ ਸਿੰਬਾ ਰੱਖਿਆ ਸਰ ਬਾਅਦ ਇਸ ਕੀ ਲਕਬ ਲਪਾ ਕਿੰਗ ਨਾ ਜੀ ਕਿੰਗ ਸਿੰਬਾ ਹਾਂ ਇਸ ਮਾਰੇ ਪੇੜ ਛੇੜ ਅੱਛਾ ਇਸ ਕਿਤਨੇ ਪੀੜ ਮਾਰੇ ਨ ਤ੍ਰੈ ਪੀੜ ਮਾਰੇ ਸੀ ਤ੍ਰੈ ਪੀੜ ਉਹ ਕਿਹੜੀ ਕਿਹੜੀ ਜਗ੍ਹਾ ਹੈ ਕੋਈ ਤੁਸੀਂ ਬਤਾਇਆ ਦੋ ਮੰਡੀ ਬਹਾਦੀਨ ਠੀਕ ਹੈ ਇੱਕ ਹਫਜ਼ਾਬਾਦ ਹਫਜ਼ਾਬਾਦ ਤਾਂ ਅੱਛਾ ਇਹ ਦੱਸਿਓ ਇਸ ਕੁੱਤੇ ਨੀ ਕਿਤਨੀ ਕੋਈ ਉਮਰ ਹੈ ਤਕਰੀਬਨ ਸਾਢੇ ਪੰਜ ਸਾਲ ਦਾ ਹੋ ਗਿਆ ਸਾਢੇ ਪੰਜ ਸਾਲਾਂ ਦਾ ਆਇਆ ਤੇ ਬਾਕੀ ਇਹ ਵੀ ਥੋੜਾ ਦੱਸਿਓ ਹੁਣ ਵੀ ਇਸ ਨਾਲ ਕੋਈ ਅੱਗੇ ਜੋੜ ਵਗੈਰਾ ਆਇਆ ਪਹਿਲੇ ਦੀ 28 ਤਰੀਕ ਫਿਕਸ ਹੋਇਆ ਹੈ ਜੀ ਪਹਿਲੇ ਦੀ 28 ਹਾਂਜੀ ਕਸ਼ਮੀਰ ਪੈਂਥਰ ਗਰੁੱਪ ਦੀ ਤਰਫੋਂ ਠੀਕ ਗੁੱਜਰ ਗਰੁੱਪ ਦੇ ਖਿਲਾਫ ਫਵਾਦ ਗੁੱਜਰ ਸਾਹਿਬ ਦੇ ਕੁੱਤੇ ਨਾਲ ਫਿਕਸ ਹੋਇਆ ਸਹੀ ਹੋਈ ਗਿਆ ਮੈਂ ਜਿਸ ਤਰ੍ਹਾਂ ਤੱਕਿਆ ਇਹ ਕੁੱਤਾ ਸਹੀ ਜਿਸਕੀ ਆਣ ਹੋਣੇ ਜੋਬਨ ਵਿੱਚ ਹੈ ਇਸ ਨੀ ਖੁਰਾਕ ਵਗੈਰਾ ਕੇ ਆ ਕੁੱਤੇ ਨੀ ਇਹ ਵੀ ਥੋੜਾ ਬਈ ਉੜੋ ਹਾਂ ਵੀ ਇਹ ਜੀ ਦੁੱਧ ਗੋਸ਼ਤ ਵਗੈਰਾ ਅੱਛਾ ਜੀ ਵਕਤੀ ਇਸ ਕੀ ਆ ਚੀਜ਼ਾਂ ਦੇਣੇ ਹੋ ਜਿਲ੍ਹਾ ਘਲਾਣੇ ਹੋ ਲੈ ਇਹਨਾਂ ਕੀ ਦੁੱਧ ਗੋਸ਼ਤ ਵਗੈਰਾ ਦੇਣੇ ਹੋ ਜਾਂ ਨਾਰਮਲ ਵੀ ਗੋਸ਼ਤ ਵਧਾ ਦੇਈਦਾ ਤੇ ਹੋਰ ਨਾਲ ਮੁਰੱਬੇ ਇਹ ਉਹ ਘਿਓ ਸ਼ਿਓ ਇਸ ਤਰ੍ਹਾਂ ਦੀਆਂ ਦੇਸੀ ਚੀਜ਼ਾਂ ਸਹੀ ਸਹੀ ਤੇ ਕਹਿਣੇ ਹੋ ਇੱਥੇ ਨਾ ਜਿਹੜਾ ਅਸੀਂ ਡੇਰੇ ਨਾ ਕਿੰਗ ਹੈ ਇਹ ਹੀ ਹੈ ਇਹ ਜਿਸ ਤਰ੍ਹਾਂ ਬਾਈ ਆਣੇ ਕਿ ਕਿੰਗ ਸਿੰਬਾ ਇਸ ਕੀ ਆਣੇ ਜਿਹੜਾ ਇਸ ਟਾਈਟਲ ਲੈਣਾ ਜਨਾਬ ਉਹ ਇਸ ਕੋਲ ਹੈ ਔਰ ਇਸ ਨਾਂ ਜਿਹੜਾ ਕਿੰਗ ਸਿੰਬਾ ਪੇ ਆਇਆ ਤੁਸੀਂ ਤੱਕੀ ਕਿਨੋ ਕੁੱਤਾ ਕਿਤਨਾ ਜ਼ਬਰਦਸਤ ਔਰ ਖੂਬਸੂਰਤ ਕੁੱਤਾ ਆ ਬਾਕੀ ਜਿਸ ਤਰ੍ਹਾਂ ਅਸਾਂ ਇਹਨਾਂ ਨੇ ਡੇਰੇ ਨੇ ਤੁਸੀਂ ਸ਼ਾਰਟ ਦੱਸੇ ਔਰ ਡੇਰੇ ਨੇ ਜਿਹੜੀ ਕੀ ਕੀ ਰੌਣਕ ਹੈ ਇੱਥੇ ਇਹਨਾਂ ਕੁੱਤੇ ਆਣੀ ਹੈ ਇਸ ਤੋਂ ਇਲਾਵਾ ਵੀ ਇੱਧਰ ਕੁਸਾ ਕੁੱਤੇ ਵਗੈਰਾ ਰੱਖੇ ਹੋਣੀ ਆ ਬੇ ਕੁੱਤੇ ਜੀ ਠੀਕ ਹੈ ਇੱਕ ਹੋਰ ਜਗ੍ਹਾ ਮੇਰੇ ਕੋਲ ਸਹੀ ਤਿੰਨ ਕੁੱਤੇ ਉੱਥੇ ਸਹੀ ਇੱਕ ਦੋ ਹੋਰ ਵੀ ਹੈ ਇੱਧਰ ਗਰਮੀ ਬੂਆ ਦਾ ਉਹ ਬਾਕੀ ਜਨਾਬ ਬਹੁਤ ਸ਼ੁਕਰੀਆ ਤੁਸਾਂ ਅਸਾਂ ਕੀ ਆਪਣਾ ਕੀਮਤੀ ਟਾਈਮ ਦਿੱਤਾ ਆ ਯਕੀਨ ਕਰ ਸੋ ਇੱਥੇ ਆਇਆ ਇਹਨਾਂ ਦੋ ਬੰਦਿਆਂ ਦਾ ਖਾਸ ਕਰੀ ਹਲਾਕ ਤੱਕ ਹੀ ਬੜਾ ਅੱਛਾ ਲੱਗਾ ਔਰ ਜਿਸ ਤਰ੍ਹਾਂ ਚੌਧਰੀ ਬਸ਼ਾਰਤ ਸਾਹਿਬ ਨੇ ਇਹਨਾਂ ਬਈਆ ਚੌਧਰੀ ਬਸ਼ਾਰਤ ਸਾਹਿਬ ਵੀ ਆਣ ਕੇ ਇੱਥੇ ਨਫੀਸ ਇਨਸਾਨ ਹਨ ਸ਼ੌਂਕ ਕੋਈ ਵੀ ਆਣਾ ਸ਼ੌਂਕ ਸੋਹਾ ਨਹੀਂ ਹੋਣਾ ਇਹ ਮੈਂ ਤੁਸਾਂ ਕੀ ਬਾਈ ਹੋਣਾ ਬਾਕੀ ਅੱਜ ਇਹਨਾਂ ਡੇਰੇ ਪਰ ਆਇਆ ਖੂਬਸੂਰਤ ਡੇਰਾ ਵੀ ਤੁਸਾਂ ਕੀ ਦੱਸਿਆ ਇੱਥੇ ਕੁੱਤੇ ਵੀ ਤੁਸਾਂ ਕੀ ਦੱਸੇ ਤੁਸਾਂ ਤੱਕੇ ਉਸ ਮੈਂ ਅਸਾਂ ਅਕਸਰ ਅੱਗੇ ਪਿੱਛੇ ਫਿਰਨੇ ਆ ਲੇਕਿਨ ਇਹ ਅਜੇ ਕੁੱਤੇ ਮੈਂ ਕੁਦਰੇ ਵੀ ਨਹੀਂ ਤੱਕੇ ਐਨ ਪਰ ਜਨਾਬ ਤੁਸਾਂ ਕੀ ਇਹ ਆਸਾਂ ਕੇ ਭਰਾਵਾਂ ਕੀ ਦਵਾਵਾਂ ਯਾਦ ਰੱਖੇ ਮਿਲਸਾਂ ਅਗਲੀ ਵੀਡੀਓ ਤਾਂ ਅੱਲਾ ਸੋਣੇ ਵਾਲਾ ਹੈ।